ਤੁਸੀਂ ਹਰਜੋਤ ਸਿੰਘ ਜੀ ਇਲੈਕਸ਼ਨਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ, ਇਲੈਕਸ਼ਨਸ ਦੇ ਬਾਬਤ ਇਹ ਆਪਾਂ ਦੱਸ ਜਾਈਏ ਵੀ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵੋਟਾਂ ਆ ਉਸ ਦੀ ਜਿਹੜੀ ਕਾਊਂਟਿੰਗ ਆ ਉਹ ਸ਼ੁਰੂ ਜਿਹੜੀ ਉਹ ਜਲਦੀ ਜਿਹੜੀ ਹੋ ਜਾਣੀ ਆ। ਤੁਸੀਂ ਜਿੱਦਾਂ ਹਰਜੋਤ ਜੀ ਨੇ ਰਿਕਮੈਂਡ ਕੀਤਾ ਵੀ ਵੋਟ ਆਪਣੀ ਆ ਪਹਿਲਾਂ ਹੀ ਪਾ ਦਿਓ ਅਤੇ ਪਹਿਲਾਂ ਹੀ ਜਿਹੜਾ ਉਹ ਘੱਲ ਦਿਓ, ਇਸ ਟਾਈਮ ਮੇਲ ਕਰਨ ਦੀ ਬਜਾਏ ਬੈਟਰ ਆ ਵੀ ਡਰੋਪ ਬਾਕਸ ਦੇ ਵਿੱਚ ਅਤੇ ਜਾਂ ਜਿੱਥੇ ਤੁਹਾਡੇ ਅਰਲੀ ਵੋਟਿੰਗ ਸੈਂਟਰ ਆ ਜਾਂ ਕੱਲ੍ਹ ਨੂੰ ਜਦੋਂ ਵੋਟਿੰਗ ਸੈਂਟਰ ਤੁਹਾਡੇ ਨਜ਼ਦੀਕ ਹੋਣਾ ਆ ਉੱਥੇ ਜਾ ਕੇ ਜਿਹੜਾ ਉਹ ਪਾ ਕੇ ਆਓ। ਸੋ ਇੱਕ ਦਿਨ ਰਹਿ ਗਿਆ ਆ, ਕੱਲ੍ਹ ਨੂੰ ਇਲੈਕਸ਼ਨ 'ਤੇ ਆ, ਸੋ ਵੋਟ ਪਾਉਣ ਉਹ ਜਿਹੜਾ ਉਹ ਰਹਿ ਨਾ ਜਾਇਓ ਘਰਾਂ 'ਚ, ਬੈਲਟ ਪਿਆ ਨੂੰ ਉਹਨਾਂ ਨੇ ਕੁਛ ਨਹੀਂ ਉਹਦਾ ਫਾਇਦਾ ਹੋਣਾ, ਅਤੇ ਉਹ ਧਿਆਨ ਰੱਖਿਓ। ਇੱਕ ਇਹ ਵੀ ਚੀਜ਼ ਧਿਆਨ ਰੱਖਿਓ, ਉੱਥੇ ਜਾ ਕੇ ਪਤਾ ਲੱਗਾ ਕਈਆਂ ਦੇ ਅਜੇ ਜੂਨ ਵਾਲੇ ਬੈਲਟ ਉੱਦਾਂ ਹੀ ਪਏ ਆ, ਉਹ ਕਿਤੇ ਉਹ ਨਾ ਹੁਣ ਭਰ ਕੇ ਘੱਲੀ ਜਾਏ, ਉਹ ਵੀ ਨਹੀਂ ਕਾਊਂਟ ਹੋਣੇ। ਜਿਹੜੇ ਤੁਹਾਡੇ ਇਸ ਵਾਰ ਨਵੰਬਰ ਵਾਲੇ ਬੈਲਟ ਆਏ ਆ ਉਹਨਾਂ ਨੂੰ ਹੀ ਭਰ ਕੇ ਜਿਹੜਾ ਉਹ ਤੁਸੀਂ ਘੱਲਿਓ, ਜਿਹੜੇ ਵੀ ਤੁਹਾਡੇ ਫੇਵਰੇਟ ਕੈਂਡੀਡੇਟਸ ਆ ਉਹਨਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੋਟ ਪਾਓ। ਪ੍ਰੋਪੋਜੀਸ਼ਨਸ ਜਿਹੜੀਆਂ ਆ ਕੈਲੀਫੋਰਨੀਆ ਦੀਆਂ 7 ਨੇ ਅਤੇ ਕਈ ਤੁਹਾਡੇ ਲੋਕਲ ਮੈਜਰਸ ਜਿਹੜੇ ਹੁੰਦੇ ਨੇ ਉਸ ਦੇ ਲਈ ਜਿਹੜਾ ਉਹ ਆਓ, ਉਸ ਦੇ ਲਈ ਤੁਸੀਂ ਦੇਖ ਕੇ ਜਿਹੜੀ ਉਹ ਵੋਟ ਜਿਹੜੀ ਉਹ ਜ਼ਰੂਰ ਪਾਉਣੀ ਹੈਗੀ ਆ। ਸੋ ਇਸ ਟਾਈਮ ਪੂਰਾ ਦੋਨੋਂ ਪਾਰਟੀਆਂ ਦਾ ਜ਼ੋਰ ਜਿਹੜਾ ਉਹ ਲੱਗਾ ਪਿਆ ਆ, ਲਾਸਟ ਡੇ ਜਿਹੜਾ ਉਹ ਆਇਆ ਆ ਅਤੇ ਕੈਂਪੇਨਿੰਗ ਜਿਹੜੀ ਉਹ ਪੂਰੀ ਚੱਲ ਰਹੀ ਹੈਗੀ ਆ। ਮਸਕ ਨੇ ਆਪਣਾ ਜਿਹੜਾ ਇਹ ਮੈਸੇਜ ਘੱਲਿਆ ਸੀਗਾ ਉਹ ਇੰਡੀਪੈਂਡੈਂਟ ਮਾਈਂਡਿਡ ਵੋਟਰਸ ਉਹਨਾਂ ਨੂੰ ਸੀਗਾ, ਕਹਿੰਦੇ ਵੀ ਜਿਹੜੇ ਤਾਂ ਡੈਮੋਕਰੇਟਸ ਆ ਉਹਨਾਂ ਨੇ ਡੈਮੋਕਰੇਟਾਂ ਨੂੰ ਹੀ ਪਾਉਣੀ ਆ, ਜਿਹੜੇ ਰਿਪਬਲਿਕਨ ਆ ਉਹਨਾਂ ਨੇ ਰਿਪਬਲਿਕਨ ਨੂੰ ਹੀ ਪਾਉਣੀ ਆ, ਪਰ ਕਹਿੰਦੇ ਵੀ ਤੁਸੀਂ ਡਿਸਾਈਡ ਕਰਨਾ ਆ ਵੀ ਅਮੈਰੀਕਾ ਦੇ ਵਿੱਚ ਕਿਹਦੀ ਜਿਹੜੀ ਉਹ ਬਹੁਮਤ ਹੋਊਗੀ ਇੰਡੀਪੈਂਡੈਂਟ ਮਾਈਂਡਿਡ ਜਿਹੜੇ ਵੋਟਰਸ ਆ ਉਹਨਾਂ ਨੂੰ। ਅਤੇ ਸੋ ਕਹਿੰਦੇ ਵੀ ਸ਼ੇਅਰਡ ਪਾਵਰ ਜਿਹੜੇ ਆ ਉਹ ਵਰਸਟ ਦੋਨੋਂ ਪਾਰਟੀਆਂ ਦੇ ਉਸ ਨੂੰ ਜਿਹੜਾ ਉਹ ਰੋਕਦੀ ਆ। ਸੋ ਕਹਿੰਦੇ ਵੀ ਜੇ ਪ੍ਰੈਜ਼ੀਡੈਂਸੀ ਡੈਮੋਕ੍ਰੈਟਿਕ ਆ ਤਾਂ ਰਿਪਬਲਿਕਨ ਕਾਂਗਰਸ ਦੇ ਲਈ ਉਹ ਰਿਕਮੈਂਡ ਕਰਦੇ ਨੇ। ਸੋ ਡੈਮੋਕ੍ਰੈਟ ਬਿਲਕੁਲ ਰਾਜਕਮਵੀਰ ਸਿੰਘ ਜੀ, ਵੋਟ ਪਾਉਣੀ ਜ਼ਰੂਰੀ ਕਿਉਂ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ? ਆਪਾਂ ਨੂੰ ਕਈ ਸਰੋਤੇ ਮਿਲਦੇ ਰਹਿੰਦੇ ਆ ਯਾਰ, ਇੱਥੇ ਤਾਂ ਅਸਰ ਨਹੀਂ ਪੈਣਾ, 80% ਆਲਰੇਡੀ ਡੈਮੋਕ੍ਰੇਟ ਹੈਗੇ ਅਸੈਂਬਲੀ ਦਾ, ਸੈਨੇਟ 'ਚ ਡੈਮੋਕ੍ਰੇਟ ਸਟੇਟ ਆ, ਨਹੀਂ ਇੱਦਾਂ ਨਹੀਂ ਹੈ। ਜਦੋਂ ਪ੍ਰੈਜੀਡੈਂਟ ਟਰੰਪ ਇਲੈਕਸ਼ਨ ਲਈ ਖੜਿਆ ਸੀ ਤੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਉਹ ਪ੍ਰੈਜੀਡੈਂਟ ਬਣ ਸਕਦਾ, ਈਵਨ ਮੀਡੀਆ ਸਾਰੇ ਮਜ਼ਾਕ ਕਰਦੇ ਸੀ, ਰਿਪਬਲਿਕਨ ਵੀ ਕਦੇ ਸੋਚਦੇ ਨਹੀਂ ਸੀ ਵੀ ਇਹ ਪ੍ਰੈਜੀਡੈਂਟ ਬਣ ਸਕਦਾ ਹੈ।